ਗੁਰਦਾਸਪੁਰ ਦੇ ਨਜ਼ਦੀਕ ਪਿੰਡ ਮੋਕਲ ਵਿੱਚ ਪੰਚਾਇਤੀ ਚੋਣਾਂ ਦੀ ਧੱਕੇਸ਼ਾਹੀ ਅਤੇ ਨਜਾਇਜ਼ ਖਰਚੇ ਨੂੰ ਰੋਕਣ ਲਈ ਪਿੰਡ ਵਾਸੀਆਂ ਵੱਲੋਂ ਖਾਲੀ ਕੈਪਸੂਲ ਵਿੱਚ ਉਮੀਦਵਾਰਾਂ ਦੇ ਨਾਮ ਦੀ ਪਰਚੀ ਪਾ ਕੇ ਛੋਟੇ ਬੱਚੇ ਤੋਂ ਚੁਕਵਾਈ ਗਈ ਅਤੇ ਪਹਿਲੀ ਪਰਚੀ ਤੇ ਲਿਖੇ ਨਾਮ ਦੇ ਅਨੁਸਾਰ ਵਿਅਕਤੀ ਨੂੰ ਸਰਪੰਚ ਘੋਸ਼ਿਤ ਕੀਤਾ ਗਿਆ ਅਤੇ ਬਾਕੀ ਪਰਚੀਆਂ ਤੋਂ ਪੰਚ ਚੁਣੇ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਸਾਡੇ ਪਿੰਡ ਦਾ ਜੀ ਐਸਸੀ ਸ਼ੀਟ ਹੋ ਗਈ ਸੀ ਤੇ ਪਿੰਡ ਦੇ ਵਿੱਚ ਕਾਫੀ ਉਤਰਾਅ ਚੜਾਇਆ ਤੇ ਸਾਡੇ ਮੋਹਤਵਰ ਭਰਾਵਾਂ ਨੇ ਸਰਪੰਚਾਂ ਸਾਬਕ ਸਰਪੰਚ ਜਿੰਨੇ ਵੀ ਸਾਰਿਆਂ ਰਲ ਕੇ ਇੱਕ ਉਪਰਾਲਾ ਕੀਤਾ। ਉਪਰਾਲਾ ਕਰਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਰੇ ਆਪੋ ਜੋ ਬਹਿ ਕੇ ਗੁਰਦੁਆਰਾ ਸਾਹਿਬ ਪਰਚੀਆਂ ਕੱਢੋ। ਇਹਨਾਂ ਨੇ ਫਿਰ ਬਾਬਾ ਜੀ ਨੇ ਇੱਕ ਨਵੀਂ ਸਕੀਮ ਸੋਚੀ ਵੀ ਕੈਪਸਲਾਂ ਦੇ ਵਿੱਚ ਪਰਚੀਆਂ ਪਾ ਕੇ ਇਹਨਾਂ ਦੀ ਪਰਚੀ ਕੱਢੀ ਜਾਵੇ। ਚਲੋ ਸਿੰਘ ਦੀ ਪਰਚੀ ਨਿਕਲੀ, ਬਹੁਤ ਵਧੀਆ ਇਨਸਾਨ ਆ ਅਤੇ ਸਾਡਾ ਪਿੰਡ ਸਾਰਾ ਰਲ ਮਿਲ ਕੇ ਵਿਕਾਸ ਕਰੂਗਾ। ਸਰਬਸੰਮਤੀ ਪਿੱਛੇ ਇਹ ਹੈ ਜੀ, ਪਿੰਡ ਦੇ ਜਿਹੜੇ ਝਗੜੇ ਆ ਮੁੱਕ ਜਾਂਦੇ ਆ, ਜਿਹੜੇ ਧੜੇਬੰਦੀ ਖਤਮ ਹੋ ਜਾਂਦੀ ਹੈ, ਪਿੰਡ ਦਾ ਵਿਕਾਸ ਜਿਹੜਾ ਵੱਧ ਹੁੰਦਾ। ਹਾਂਜੀ, ਇਸ ਤੋਂ ਪਹਿਲਾਂ ਨਵੀਂ ਸਰਬਸੰਮਤੀ ਨਾਲ ਹੀ ਬਣੇ ਸੀਗੇ। ਇਹ ਸੰਜੀਵਪਾਲ ਸਿੰਘ ਵੀ ਸਰਬਸੰਮਤੀ ਨਾਲ ਬਣੇ ਸੀ, ਇਹ ਚਾਚਾ ਸਨਾਨ ਸਿੰਘ ਵੀ ਸਰਪੰਚ ਇਸ ਤੋਂ ਪਹਿਲਾਂ ਸਰਪੰਚ ਰਹਿ ਚੁੱਕੇ ਆ ਅਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਪਿੰਡ ਦਾ ਵਿਕਾਸ ਕੀਤਾ। ਪਹਿਲਾਂ 50-60 ਸਾਲ ਪਿੰਡ ਸਾਡੇ 'ਤੇ ਕੋਈ ਰੁਪਈਆ ਨਹੀਂ ਲੱਗਾ ਅਤੇ ਇਹ ਜਦੋਂ ਅਸੀਂ ਤਿੰਨੇ ਸਰਪੰਚ ਬਣੇ, ਚੌਥੀ ਵਾਰ ਸੰਘ ਸਿੰਘ ਬਣੇ, ਸਾਡੇ ਪਿੰਡ 'ਚ ਬਹੁਤ ਵਿਕਾਸ ਹੋਇਆ। ਥੋੜ੍ਹਾ ਬਹੁਤ ਰਹਿੰਦਾ ਸਾਡੇ, ਚਲੋ ਮੜੀਆਂ ਦੇ ਕੰਮ ਰਹਿ ਗਏ, ਉਹ ਵੀ ਅੱਗੇ ਸੰਘ ਸਿੰਘ ਨਾਲ ਰਲ ਕੇ ਅਸੀਂ ਕੰਮ ਕਰਾਂਗੇ। ਪਹਿਲਾਂ ਇਹ ਮੇਰੇ ਵੀਰਾਂ ਨੇ ਮੇਰੇ ਵਾਸਤੇ ਉਪਰਾਲਾ ਕੀਤਾ ਵੀ ਇਹ ਸਾਰੇ ਪੰਜ ਨਸ਼ਟ ਕਰਕੇ ਇੱਥੇ ਪਰਚੀਆਂ ਪਾਈਆਂ ਗੁਰਦੁਆਰੇ, ਅਤੇ ਮੇਰੀ ਪਰਚੀ ਕੈਪਸੂਲ 'ਚੋਂ ਨਿਕਲ ਆਈ ਅਤੇ ਸਾਰੇ ਬੜੇ ਖੁਸ਼ ਹੋਏ। ਅਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਸਹਿਮਤ ਹਾਂ, ਜਿੱਦਾਂ ਵੀ ਤੁਸੀਂ ਆਖੋਗੇ ਮੇਰੇ ਵੀਰ ਤੁਹਾਡੇ ਨਾਲ ਹੀ ਚੱਲਾਂਗੇ। ਸਭ ਤੋਂ ਪਹਿਲਾਂ ਤਾਂ ਜੀ ਪਿੰਡ 'ਚ ਸਰਬਸੰਮਤੀ ਨਾਲ ਮੈਂ ਸਰਪੰਚ ਬਣਿਆ। ਦੂਸਰੇ ਨੰਬਰ 'ਤੇ ਸਰਪੰਚ ਬਣਿਆ ਜੀ ਮਨਜੀਤ ਸਿੰਘ। ਤੀਸਰੇ ਨੰਬਰ 'ਤੇ ਇਲੈਕਸ਼ਨ ਹੋਈ ਸਾਡੇ ਪਿੰਡ ਦੀ ਬਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਦੀ, ਸਤਨਾਮ ਸਿੰਘ ਜੇਤੂ ਰਹੇ। ਅਤੇ ਹੁਣ ਸਾਡੇ ਪਿੰਡ ਦੇ ਵਿੱਚ ਦੌਰ ਸ਼ਰਾਬ ਦਾ, ਨਸ਼ਿਆਂ ਦਾ ਤੋਂ ਉੱਠ ਕੇ ਵੀ ਅਸੀਂ ਨਹੀਂ ਚਾਹੁੰਦੇ ਸ਼ਰਾਬ ਨਸ਼ੇ ਵਰਤਾਏ ਜਾਣ, ਉਹ ਤੋਂ ਉੱਠ ਕੇ ਅਸੀਂ ਸਰਬਸੰਮਤੀ ਦਾ ਮਨ ਬਣਾਇਆ ਅਤੇ ਗੁਰਦੁਆਰੇ ਵਿੱਚ ਬਹਿ ਕੇ ਸਵਾਂ ਖਾ ਕੇ ਕੈਪਸੂਲਾਂ ਦੇ ਵਿੱਚ ਪਰਚੀਆਂ ਪਾਈਆਂ ਅਤੇ ਸੰਗਤ ਸਿੰਘ ਜੀ ਸਰਪੰਚ ਚੁਣੇ ਗਏ ਅਤੇ ਸਾਨੂੰ ਬੜੀ ਖੁਸ਼ੀ ਆ। ਅੱਗੋਂ ਆਪਾਂ ਮੋਢੇ ਨਾਲ ਮੋਢਾ ਲਾ ਕੇ ਪਿੰਡ ਦਾ ਵਿਕਾਸ ਕਰਾਂਗੇ ਅਤੇ ਇਹੋ ਸਾਨੂੰ ਮਨ ਸਾਡੇ 'ਚ ਖੁਸ਼ੀ ਸੀ ਅਤੇ ਸਾਡੀ ਖੁਸ਼ੀ ਪੂਰੀ ਹੋਈ।